ਅੱਜ ਅਸੀਂ ਜਿਹੜਾ ਬੱਚਿਆਂ ਲਈ ਊੜੇ ਆੜੇ ਦਾ ਚਾਰਟ ਰਿਲੀਜ਼ ਕੀਤਾ, ਇਹ ਬਹੁਤ ਚਿਰ ਦਾ ਮੇਰੇ ਮਨ 'ਚ ਸੀਗਾ ਵੀ ਬੱਚੇ ਛੋਟੇ ਬੱਚੇ ਨੂੰ ਚਾਰਟ ਸਿਖਾਉਣਾ ਪੈਂਦਾ, ਚਾਰਟ ਤੋਂ ਉਹਨੂੰ ਦਿਖਾਲਣਾ ਪੈਂਦਾ। ਪਰ ਜਿੰਨੇ ਚਾਰਟ ਮਾਰਕੀਟ 'ਚ ਸੀਗੇ ਉਹ ਸਾਰੇ ਜਾਂ ਤਾਂ ਬਹੁਤ ਮਾੜੇ ਕਾਗਜ਼ 'ਤੇ ਅਤੇ ਭੈੜੇ, ਅਤੇ ਗਲਤੀਆਂ ਇੰਨੀਆਂ ਸੀ ਵੀ ਅੰਗਰੇਜ਼ੀ ਦੇ ਵਿੱਚ ਫਰਜ਼ ਕਰੋ ਸ਼ਬਦ ਕੋਈ ਵੀ ਹੈਗਾ ਉਹਦਾ ਸਹੀ ਮੀਨਿੰਗ ਹੀ ਨਹੀਂ ਲਿਖਿਆ ਹੋਇਆ, ਸਪੈਲਿੰਗ ਗਲਤ ਲਿਖੇ ਹੋਏ ਆ, ਵੀ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੇ ਬੱਚੇ ਆ ਉਹਨਾਂ 'ਤੇ ਮਾੜਾ ਅਸਰ ਪੈਂਦਾ। ਉਹ ਜਦੋਂ ਸਿੱਖਣ ਦੀ ਉਮਰ ਹੁੰਦੀ ਆ, ਜੋ ਤੁਸੀਂ ਉਹਨਾਂ ਨੂੰ ਸਿਖਾ ਦੇਂਗੇ ਉਹੀ ਉਹਨਾਂ ਨੇ ਸਿੱਖਣਾ ਹੁੰਦਾ। ਅਤੇ ਮੈਂ ਫਿਰ ਸਾਰਾ ਮੇਰੇ ਕਾਫੀ ਕਈ ਸਾਲਾਂ ਦਾ ਹੀ ਮਨ 'ਚ ਸੀਗਾ, ਫਿਰ ਅਚਾਨਕ ਹੀ ਕੁਝ ਮਿੱਤਰਾਂ ਨੇ ਕਿਹਾ ਵੀ ਸਾਨੂੰ ਚਾਰਟ ਦੀ ਬੜੀ ਸਮੱਸਿਆ ਆਉਂਦੀ ਹੈ। ਫਿਰ ਮੈਂ ਕਿਹਾ ਚਲੋ ਮੈਂ, ਕਿਉਂਕਿ ਬੱਚਿਆਂ ਦੇ ਉੱਤੇ ਲਿਖਣ ਦੇ ਉੱਤੇ ਮੇਰੀਆਂ ਪਹਿਲਾਂ ਰੰਗਲੀ ਲਿਖਾਈ ਕਿਤਾਬ ਸੀਗੀ ਜਿਹਦੇ ਵਿੱਚ ਮੈਂ ਨਵਾਂ ਟੈਕਨੀਕ ਕੱਢੀ ਸੀ ਕਿ ਖਾਲੀ ਜਗ੍ਹਾ ਛੱਡ ਕੇ ਰੰਗ ਭਰੋ, ਅੱਜ ਤੋਂ 2003 ਦੇ ਵਿੱਚ, ਔਰ ਉਹ ਬੜੀ ਅੱਛੀ ਲੋਕਾਂ ਨੇ ਪਸੰਦ ਕੀਤੀ, ਤਕਰੀਬਨ 17-18 ਹਜ਼ਾਰ ਕਿਤਾਬ ਹੋ ਗਈ। ਅਤੇ ਹੁਣ ਫਿਰ ਇਹ ਜਿਹੜਾ ਚਾਰਟ ਸੀਗਾ ਇਸੇ ਨੀਤੀ ਦੇ ਵਿੱਚ ਆਪਣੀ ਮਿਹਨਤ ਕਰਕੇ ਸੋਚ ਕੇ ਉਹਨੂੰ ਕੀਤਾ, ਅਤੇ ਜਿਹੜੇ ਉਹਦੇ ਵਿੱਚ ਪ੍ਰੋਨੰਸੀਏਸ਼ਨ ਆ ਥੋੜ੍ਹੀ ਜਿਹੀ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਉਂਦੀ ਆ, ਪਰ ਚਲੋ ਜਿੰਨੀ ਲਾਗੇ ਤੋਂ ਲਾਗੇ ਹੋ ਸਕਦੀ ਉਹ ਕਰਨ ਦੀ ਕੋਸ਼ਿਸ਼ ਕੀਤੀ ਆ। ਔਰ ਮੈਨੂੰ ਲੱਗਦਾ ਕਿ ਇਹਦਾ ਬਹੁਤ ਜਿੰਨਾ ਇਹਦਾ ਹੁਣ ਰਿਸਪੋਂਸ ਇੱਕੋ ਦਿਨ ਦੇ ਵਿੱਚ ਮਿਲਿਆ, ਇਹ ਬਹੁਤ ਕਮਾਲ ਦੀ ਗੱਲ ਹੈ ਕਿ ਆਲ ਓਵਰ ਦੀ ਵਰਲਡ ਜਿਹੜੇ ਲੋਕ ਨੇ ਫੇਸਬੁੱਕ ਅਤੇ ਇਹਦੇ ਕਰਕੇ ਵਟਸਐਪ ਕਰਕੇ ਇੰਨੇ ਲੋਕਾਂ ਨੇ ਕੰਟੈਕਟ ਕੀਤਾ ਕਿ ਪਹਿਲੇ ਦਿਨ ਹੀ ਵਰਚੁਅਲੀ ਜਿਹੜਾ ਪਹਿਲਾ ਪ੍ਰਿੰਟ ਆਊਟ ਹੈ ਉਹ ਸੋਲਡ ਆਊਟ ਹੋ ਗਿਆ ਹੈਗਾ। ਅਤੇ ਇਹ ਬੜੀ ਅੱਛੀ ਗੱਲ ਹੈ ਕਿਉਂਕਿ ਪੰਜਾਬੀ ਦੇ ਵਿੱਚ ਦੇ ਲਈ ਇਹ ਤੋਂ ਪਤਾ ਲੱਗਦਾ ਕਿ ਲੋਕ ਚਿੰਤਤ ਨੇ ਔਰ ਉਹਨਾਂ ਦੀਆਂ ਲੋੜਾਂ 'ਚ ਸ਼ਾਮਲ ਹੈ, ਔਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਿਹੜੀਆਂ ਨੇ ਉਹ ਕਵਿਤਾ ਕਹਾਣੀ ਜਾਂ ਲੇਖਕਾਂ ਨੇ ਹੋਰਨਾਂ ਨੇ ਇਕੱਲਿਆਂ ਨੇ ਨਹੀਂ ਕਰਨੀ, ਉਹਨਾਂ ਨੂੰ ਪ੍ਰੈਕਟੀਕਲ ਜਿਹੜੀਆਂ ਚੀਜ਼ਾਂ ਨੇ ਉਹ ਦੇਣੀਆਂ ਪੈਣੀਆਂ ਨੇ, ਔਰ ਬੱਚਿਆਂ ਨੂੰ ਸਾਨੂੰ ਜਿਹੜਾ ਆ ਸਹੀ ਜਿਹੜੀ ਸਿੱਖਿਆ ਉਹ ਦੇਣੀ ਪੈਣੀ ਆ। ਔਰ ਇਸੇ ਸਿਲਸਿਲੇ ਦੇ ਵਿੱਚ ਹੀ ਜਿਹੜਾ ਇਹ ਅਤੇ ਇੱਕ ਕਿਤਾਬ ਹੈ ਜਿਹੜੀ ਇੱਕ ਅੱਧੇ ਦਿਨ 'ਚ ਆ ਜਾਏਗੀ, ਜਿਹੜੀ ਕਿ ਪ੍ਰੈਕਟਿਸ ਬੁੱਕ ਹੈ ਉਹ ਵੀ ਜਿਹੜੀ ਆ ਉਹ ਵੀ ਉਸੇ ਸਿਲਸਿਲੇ ਦੇ ਵਿੱਚ ਅਸੀਂ ਤਿਆਰ ਕੀਤੀਆਂ ਨੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਲੋਕ ਜਿਹੜੇ ਨੇ ਉਹ ਆਪਣਾ ਜਿਹੜਾ ਫਰਜ਼ ਹੈ ਆਪਣੀ ਮਾਤ ਭਾਸ਼ਾ ਦੇ ਲਈ ਉਸ ਨੂੰ ਨਿਭਾਉਣਗੇ।